ਕਾਰ ਸਿੰਘ ਜੱਗੀ ਹਾਜ਼ਰ ਹੈ ਜੀ ਅੱਜ ਦਾ ਖਾਸ ਪ੍ਰੋਗਰਾਮ ਤੁਹਾਡੇ ਰੂਬਰੂ ਕਰਨ ਵਾਸਤੇ ਅਸੀਂ ਅਕਸਰ ਜੈਂਡਰ ਮਾਰਗੇਜ ਤੇ ਰੀਅਲ ਅਸਟੇਟ ਦੀ ਗੱਲ ਕਰੀਦੀ ਹੈ ਇਸ ਸਟੂਡੀਓ ਦੇ ਵਿੱਚੋਂ ਤੇ ਜਾਣਕਾਰੀ ਬਹੁਤ ਜਿਹੜੀ ਤੁਸੀਂ ਪਸੰਦ ਵੀ ਕਰਦੇ ਹੋ ਉਹ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੀ ਆ ਅੱਜ ਅਸੀਂ ਜੈਂਡਰ ਦੇ ਆਫਿਸ ਫਰੈਜ਼ ਨੂੰ ਵੇਖੇ ਆਈਸੀਕੇ ਸੋ ਜਦੋਂ ਇੱਥੇ ਆਏ ਆ ਤੇ ਫੇ ਸਾਡਾ ਫਰਜ਼ ਬਣਦਾ ਕਿ ਇੱਥੇ ਸਰਦਾਰ ਮੋਹਨ ਸਿੰਘ ਚੀਮਾ ਜੀ ਨਾਲ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਕੋਲੋਂ ਜਾਣਕਾਰੀ ਲਈਏ ਲੇਟੈਸਟ ਅਪਡੇਟ ਜਿਹੜੀ ਹੈ ਉਹ ਲਈਏ ਸੋ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਮੋਨ ਚੀਮਾ ਜੀ ਨਾਲ ਭਾਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੇ ਇੱਥੇ ਆ ਕੇ ਤਾਂ ਜੀ ਵੈਸੇ ਜਿਵੇਂ ਨਾ ਜੀ ਤੀਆਂ ਵਾਲਾ ਮਾਹੌਲ ਬਣ ਜਾਂਦਾ ਪਿੰਡਾਂ ਦੇ ਵਿੱਚ ਹੁੰਦਾ ਵੀ ਤੀਆਂ ਜਦੋਂ ਹੁੰਦੀਆਂ ਚਾ ਚੜ ਜਾਂਦਾ ਤੇ ਅਸੀਂ ਜੋ ਤੁਹਾਡੇ ਆਫਿਸ ਆ ਕੇ ਮਾਹੌਲ ਇੱਥੇ ਦੇਖ ਕੇ ਸਾਰੇ ਸਟਾਫ ਨੂੰ ਮਿਲ ਕੇ ਤੇ ਸਾਡਾ ਵੀ ਤੀਆਂ ਵਾਲਾ ਮਾਹੌਲ ਹੋ ਜਾਂਦਾ ਬਹੁਤ ਵਧੀਆ ਲੱਗਦਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਆਏ ਸਾਨੂੰ ਟਾਈਮ ਦਿੱਤਾ ਬਹੁਤ ਖੁਸ਼ੀ ਹੋਈ ਜੀ ਤੇ ਜਿਵੇਂ ਭਾਜੀ ਅਸੀਂ ਅਕਸਰ ਗੱਲ ਕਰਦੇ ਜੀ ਮਾਰਗੇਜ ਦੀ ਗੱਲ ਕਰਦੀ ਹੈ ਰੀਫਾਈਨੈਂਸ ਦੀ ਗੱਲ ਕਰੀਦੀ ਹੈ ਤੇ ਅੱਜ ਕੱਲ ਜਿਹੜਾ ਇੱਕ ਵੱਖਰਾ ਮਾਹੌਲ ਦੇਖਣ ਨੂੰ ਮਿਲ ਰਿਹਾ ਵੈਸੇ ਤਾਂ ਚਾਰੇ ਪਾਸੇ ਹੀ ਇਹ ਹਾਲ ਹੈ ਚਾਹੇ ਕਿਸੇ ਮੁਲ ਅਮਰੀਕਾ ਦੀ ਗੱਲ ਕਰੀਏ ਤੇ ਰੀਅਲ ਅਸਟੇਟ ਦੇ ਵਿੱਚ ਇੱਕ ਐਸਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿ ਡਾਲਰ ਦੀ ਕੋਈ ਵੈਲਿਊ ਹੀ ਨਹੀਂ ਪੈਸੇ ਦੀ ਜੀ ਜੀ ਜਿਹਦੇ ਕੋ ਮੀਰੀਅਰ ਵਰਗੇ ਕੋਈ ਪੈਸੇ ਨਹੀਂ ਵੀ ਆਂ ਉਹ ਵੀ ਸੋਚਦਾ ਚਲੋ 20-50 ਹਜ਼ਾਰ ਵੱਧ ਕਰ ਮਿਲਦਾ ਲੈ ਲਓ ਜੀ 20-50 ਹਜ਼ਾਰ ਤਾਂ ਬਹੁਤ ਛੋਟੀ ਗੱਲ ਰਹਿ ਗਈ ਐ ਤੇ ਲੱਖਾਂ ਦੇ ਵਿੱਚ ਵੀ ਲੋਕੀ ਪੈਸਾ ਵੱਧ ਦੇਣ ਤੋਂ ਅੱਜ ਕੱਲ ਨਹੀਂ ਗੁਰੇਜ਼ ਕਰਦੇ ਇਹਦਾ ਕੀ ਕਾਰਨ ਹੈ ਜੀ ਇਹਦੇ ਤੇ ਅੱਗੇ ਕੀ ਇਹਦਾ ਹਾਲ ਨਜ਼ਰ ਆਉਂਦਾ ਹਾਂਜੀ ਹਾਂਜੀ ਸੋ ਇਹ ਬਹੁਤ ਅੱਛਾ ਸਵਾਲ ਹੈ ਜੀ ਜਿਹੜਾ ਕਰੰਟ ਮਾਹੌਲ ਹੈਗਾ ਉਹਦੇ ਹਿਸਾਬ ਨਾਲ ਜੇ ਤੁਸੀਂ ਅੱਜ ਜਾਂ ਕੱਲ ਦੀ ਖਬਰ ਦੇਖੋ ਤੇ ਇਹਦੇ ਵਿੱਚ ਜਿਹੜੇ ਯੂ ਐਸ ਦੇ ਟ੍ਰੈਜਰੀ ਸੈਕਟਰੀ ਜਾਨਟ ਯਲਨ ਹੈਗੇ ਨੇ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਕਿ ਆਹ ਜਿਹੜੇ ਰੇਟਸ ਆ ਇਹ ਥੋੜੇ ਬੋਤੇ ਵਧਾ ਲਈ ਜੀ ਕਿਉਂਕਿ ਹੁਣ ਜਿਹੜਾ ਇਸ ਵੇਲੇ ਖਤਰਾ ਹੈਗਾ ਉਹ ਹੈਗਾ ਇਨਫਲੇਸ਼ਨ ਦਾ ਜੀ ਇਨਫਲੇਸ਼ਨ ਦਾ ਮਤਲਬ ਹੈ ਵੀ ਜਿਹੜਾ ਪੈਸਾ ਜਿਹੜੇ ਤੁਸੀਂ ਪਹਿਲਾਂ ਕਿਹਾ ਪੈਸੇ ਦੀ ਕੋਈ ਵੈਲਿਊ ਰਹਿੰਦੀ ਨਹੀਂ ਜਾਂਦੀ ਪੈਸਾ ਮਾਰਕੀਟ ਚ ਹੋ ਬੜਾ ਗਿਆ ਹੁਣ ਤੁਸੀਂ ਕੋਈ ਵੀ ਮਾਰਕੀਟ ਦੇਖ ਲਓ ਕਰਾਂ ਦੀ ਮਾਰਕੀਟ ਦੇਖ ਲੋ ਸੈਮੀ ਕੰਡਕਟਰਸ ਦੀ ਮਾਰਕੀਟ ਦੇਖ ਲੋ ਕਹਿੰਦੇ ਚਿਪਸ ਦੀ ਬੜੀ ਸ਼ਾਰਟੇਜ ਆ ਰਹੀ ਹੈ ਟੈਕਨੋਲੋਜੀ ਦੇ ਕਾਰਨ ਜਿਹੜੇ ਟਰੱਕ ਹੈ ਉਹ ਵੀ ਨਹੀਂ ਬੰਦ ਜਿੱਥੇ ਟਰੱਕ ਬੁੱਕ ਕਰਾਂ ਜਾਓ ਅੱਜ ਨਾ ਤੇ ਟਰੱਕ ਦੇ ਵੀ ਕਹਿੰਦੇ ਵੀ ਭਾਈ 6 ਮਿੰਟ ਦੇ ਬੇਟਾ ਕਿ ਕਦੇ ਸ਼ੁਣ ਚ ਆਉਂਦਾ ਹੀ ਨਹੀਂ ਜੀ ਵੀ 6 ਮਹੀਨੇ ਨੂੰ ਟਰੱਕ ਮਿਲੂਗਾ ਜਾ ਕੇ ਤੁਹਾਨੂੰ ਸੋ ਐਸ ਵੇਲੇ ਇਹ ਹੋਇਆ ਕੀ ਹੈ ਵੀ ਜਿਹੜਾ ਇੱਕ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪੈਸਾ ਆਉਂਦੇ ਬਹੁਤ ਲਾਤਾ ਨਵੀਂ ਐਡਮਿਨਿਸਟ੍ਰੇਸ਼ਨ ਹੈਗੀ ਹੈ 1.9 ਟ੍ਰਿਲੀਅਨ ਡਾਲਰ ਹੋਰ ਮਾਰਕੀਟ ਚ ਆ ਰਿਹਾ ਹੈ ਅੱਗੇ ਜਿਹੜਾ ਆ ਚੁੱਕਿਆ ਉਹ ਤੇ ਹੈਗਾ ਹੀ ਹੈਗਾ ਇਹ ਉਸ ਤੋਂ ਉੱਪਰ ਹੋਰ ਆ ਰਿਹਾ ਹੈ ਯਾਨੀ ਇਹਦੇ ਵਿੱਚ ਕੀ ਹੋਊਗਾ ਵੀ ਹੋਰ ਪੈਸਾ ਲੋਕਾਂ ਨੂੰ ਦਿੱਤਾ ਜਾਊਗਾ ਤੇ ਇੱਕ ਅਮਰੀਕਨ ਕਹੋ ਵੀ ਗਵਰਨਮੈਂਟ ਦੀ ਪਾਲਿਸੀਜ਼ ਜਾਂ ਨਵੀਂ ਸਰਕਾਰ ਦੀਆਂ ਪਾਲਿਸੀਜ਼ ਹੈਗੀਆਂ ਵੀ ਇਕਨੋਮੀ ਜਿਹੜੀ ਹੈ ਚੱਲਦੀ ਰਹੇਗੀ ਪਰ ਇਹਦੇ ਨਾਲ ਨਾਲ ਜਿਹੜਾ ਇਨਫਲੇਸ਼ਨ ਦਾ ਖਤਰਾ ਹੈਗਾ ਜਿਹੜੀ ਜਿਵੇਂ ਤੁਸੀਂ ਗੱਲ ਕਹਿੰਦੇ ਹੋ ਚਲ ਕੋਈ ਨਾ 50000 ਰੁਪਏ ਆਪਾਂ ਹੋਰ ਦੇ ਦਿੰਨਾ ਉਹ ਪੈਸਾ ਜੇਬਾਂ 'ਚ ਪਿਆ ਤੇ ਤਾਂ ਲੋਕੀ ਦਿੰਦੇ ਆ ਇਹਦੇ ਕਾਰਨ ਜਿਹੜੀ ਪ੍ਰੋਬਲਮ ਆ ਰਹੀ ਹੈ ਵੀ ਵਾਕਈ ਜਿਹੜੀ ਡਾਲਰ ਦੀ ਵੈਲਿਊ ਹੈ ਨਾ ਉਹ ਰਹੀ ਨਹੀਂ ਜਿਹੜੀ ਸੇਮ ਸੀਗੀ ਜੋ ਇਹਨੂੰ ਕੰਟਰੋਲ ਕਰਨ ਵਾਸਤੇ ਇਹਨੂੰ ਇਹਨੂੰ ਕਹ ਲੋ ਵੀ ਜਿਹੜੀ ਹਾਰਟ ਮਾਰਕੀਟ ਨੂੰ ਠੰਡੀ ਕਰਨ ਵਾਸਤੇ ਉਹ ਕਹਿੰਦੇ ਵੀ ਵਿਆਜ ਥੋੜੀ ਵਧਾ ਦਿਓ ਤਾਂ ਕਿ ਜਿਵੇਂ ਲੋਕੀ ਭੱਜ ਭੱਜ ਕੇ ਘਰ ਲੈਂਦੇ ਪਿਆਗੇ ਵੀ ਇਹ ਥੋੜੀ ਜਿ ਰੁਕ ਜਾਣਗੇ ਤੇ ਫਿਰ ਥੋੜੀ ਜਿ ਪ੍ਰਾਈਸ ਕਹਿੰਦੇ ਪ੍ਰਾਈਸੇ ਨਹੀਂ ਘਟਣਗੀਆਂ ਇਹਦੇ ਕਾਰਨ ਫਿਰ ਜਿਹੜੀ ਮਾਰਕੀਟ ਆ ਉਹ ਸਟੇਬਲ ਰਹੂਗੀ ਤਾਂ ਕਿ ਇਕਨੋਮੀ ਚੱਲਦੀ ਰਹੇ ਵਾਜੀਵਾ ਇਹ ਵੀ ਜਿਵੇਂ ਤੁਸੀਂ ਕਿਤੇ ਵੀ ਮਾਰਕੀਟ ਠੰਡੀ ਕਰਨ ਵਾਸਤੇ ਜਿਵੇਂ ਕੋਈ ਗੱਡੀ ਅਸੀਂ ਚਲਾਉਨੇ ਆ ਜਿਆਦਾ ਤੇਜ਼ ਭਜਾਉਨੇ ਆ ਤੇ ਉਹ ਫਿਰ ਇੰਜਨ ਗਰਮ ਹੋ ਜਾਂਦਾ ਜੀ ਤੇ ਰੇਡੀਏਟਰ ਉਬਾਲੇ ਮਾਰ ਲੱਗ ਪੈਂਦਾ ਫਿਰ ਉਹਨੂੰ ਠੰਡਾ ਕਰਨ ਵਾਸਤੇ ਕੁਝ ਨਾ ਕੁਝ ਕਰਨਾ ਪੈਂਦਾ ਤੇ ਸੋ ਇਹ ਤੁਹਾਡੇ ਹਿਸਾਬ ਦੇ ਨਾਲ ਰੀਅਲ ਅਸਟੇਟ ਮਾਰਕੀਟ ਦੀ ਵੀ ਇਹੀ ਗੱਲ ਅੱਗੇ ਨਜ਼ਰ ਆ ਰਹੀ ਆ ਵੀ ਇਹਨੂੰ ਥੋੜਾ ਸਟੇਬਲ ਕਰਨ ਵਾਸਤੇ ਗਵਰਨਮੈਂਟ ਰੇਟ ਵਧਾਏਗੀ ਜੇ ਵਧਾਏਗੀ ਤੇ ਕਦੋਂ ਤੱਕ ਲੱਗਦਾ ਵੀ ਇਹ ਰੇਟ ਵਧ ਸਕਦੇ ਨੇ ਕਿਉਂਕਿ ਜਿਨ੍ਹਾਂ ਨੇ ਹਜੇ ਰੀਫਾਈਨੈਂਸ ਨਹੀਂ ਕਰਾਇਆ ਜਾਂ ਘਰ ਫਾਈਨੈਂਸ ਕਰਾਉਣ ਬਾਰੇ ਸੋਚ ਰਹੇ ਨੇ ਨਵਾਂ ਲੈਣ ਬਾਰੇ ਸੋਚ ਰਹੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾ ਕਿ ਵੈਸੇ ਰਫ ਆਈਡੀਆ ਕੀ ਹੈ ਵੀ ਕਦੋਂ ਤੱਕ ਵਧਾ ਸਕਦੇ ਹਾਂਜੀ ਸੋ ਜਿੱਥੋਂ ਤੱਕ ਸਵਾਲ ਆਉਂਦਾ ਵੀ ਕਦੋਂ ਵਧੂਗਾ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਬੜੀ ਵੱਡੀ ਇਕਨੋਮੀ ਹੈਗੀ ਹੈ ਦੁਨੀਆ ਦੀ ਨਾ ਇੱਕਦਮ ਕੋਈ ਇਦਾਂ ਸਟੈਪ ਲੱ ਲਈਏ ਵੀ ਇਹਨੂੰ ਅੱਜ ਨੂੰ ਰੇਟ ਵਧਾ ਦੋ ਕੱਲ ਨੂੰ ਰੇਟ ਵਧਾ ਇਦਾਂ ਨਹੀਂ ਹੁੰਦਾ ਇਹ ਕਰਦੇ ਕਿ ਨੇ ਇਹ ਸਰਕਾਰਾਂ ਬੋਸੀਆਂ ਨੇ ਖਾਸ ਕਰਕੇ ਜਿਹੜੀਆਂ ਵੈਸਟਰਨ ਗਵਰਨਮੈਂਟਸ ਹੈਗੇ ਨਾ ਅਮਰੀਕਾ ਦੀ ਕਹ ਲੋ ਕੈਨੇਡਾ ਦੀ ਕਹ ਲੋ ਜਾਂ ਹੋਲ ਕੰਟਰੀਜ਼ ਦੀ ਕਹ ਲੋ ਇਹ ਤੁਹਾਨੂੰ ਨਾ ਥੋੜੀਆਂ ਵਾਰਨਿੰਗਸ ਦਿੰਦੇ ਹੁਣ ਜਿਹੜੀ ਕੱਲ ਦੀ ਇਹਨਾਂ ਸਟੇਟਮੈਂਟ ਦਿੱਤੀ ਹੈ ਇਹਨਾਂ ਨੇ ਰੇਟ ਵਧਾਇਆ ਨਹੀਂ ਹਜੇ ਪਰ ਇਹਨਾਂ ਤੁਹਾਨੂੰ ਕਹਿ ਤਾ ਤੁਹਾਨੂੰ ਪ੍ਰੀਪੇਅਰ ਕਰ ਰਹੇ ਨੇ ਵੀ ਤੁਹਾਨੂੰ ਸ਼ੌਕ ਨਾ ਲੱਗੇ ਸੋ ਇਹਨਾਂ ਨੇ ਤੁਹਾਨੂੰ ਪ੍ਰੀਪੇਅਰ ਕਰਨਾ ਸ਼ੁਰੂ ਕਰਤਾ ਇਹਦਾ ਮਤਲਬ ਹੀ ਆਉਣ ਵਾਲੇ ਪੰਜਾਂ ਛੇ ਮਹੀਨਿਆਂ ਵਿੱਚ ਜਾਂ ਸੱਤ ਅੱਠ ਮਹੀਨਿਆਂ ਵਿੱਚ ਜੇ ਤੁਸੀਂ ਦੇਖਿਓ ਵੀ ਜਿਹੜੇ ਰੇਟ ਹੁਣ ਮਿਲ ਰਹੇ ਨੇ ਇਸ ਵੇਲੇ ਉਹ ਨਹੀਂ ਮਿਲਣੇ ਸੋ ਇਹ ਤੁਹਾਨੂੰ ਪ੍ਰ ਇਦਾਂ ਨੂੰ ਸ਼ੌਕ ਦਿੱਤਾ ਇਹਨਾਂ ਨੇ ਮੜਾ ਜਾ। ਯਾ ਬਿਲਕੁਲ ਜੀ ਜਿਵੇਂ ਹੁਣ ਲੱਗਦਾ ਹੌਲੀ ਹੌਲੀ ਜੇ ਹੁਣ ਤੱਕ ਅਨੰਮਪਲੋਇਮੈਂਟ ਬੜੀ ਚੱਲ ਰਹੀ ਸੀ ਇਹ ਵੀ ਆਉਣ ਵਾਲੇ ਸਮੇਂ ਚ ਲੱਗਦਾ ਵੀ ਜੁਲਾਈ ਤੱਕ ਇਹਨਾਂ ਨੇ ਕਹਿੰਦੇ ਨਾਰਮਲ ਕਰ ਦੇਣਾ ਸਾਰਾ ਆਪਣੇ ਕੈਲੀਫੋਰਨੀਆ ਦੀ 15 ਜੂਨ ਦੀ ਗੱਲ ਕਰਦੇ ਨੇ ਪੂਰੇ ਅਮਰੀਕਾ ਦੀ ਜੁਲਾਈ ਦੀ ਗੱਲ ਕਰ ਲੈਣੇ ਉਸ ਤੋਂ ਬਾਅਦ ਜਿਸ ਦਿਨ ਇਹ ਬੰਦ ਹੋਈ ਅਨੰਮਪਲੋਇਮਮੈਂਟ ਉਹਦਣੀ ਸ਼ਾਇਦ ਕੋਈ ਨਾ ਕੋਈ ਹੋਣ ਦੀ ਸੰਭਾਵਨਾ ਹੈਗੀ ਤੇ ਇਹ ਸਵਾਲ ਇੱਕ ਬੜਾ ਵੱਡਾ ਇਹ ਖੜਾ ਹੁੰਦਾ ਮੰਨ ਲਓ ਅਸੀਂ ਇਹ ਮੰਨ ਕੇ ਚੱਲਦੇ ਵੀ ਕੱਲ ਨੂੰ ਰੇਟ ਵਧ ਗਏ। ਹਾਂਜੀ ਜਿਹੜੇ ਅੱਜ ਲੂਨ ਵਾਸਤੇ ਜਾਂ ਰੀਫਾਈਨੈਂਸ ਵਾਸਤੇ ਜਾਂ ਜਿਨ੍ਹਾਂ ਦਾ ਲੋਕ ਹੋਇਆ ਜਾਂ ਲੋਕ ਨਹੀਂ ਹੋਇਆ ਉਹ ਕਿੱਥੇ ਖੜੇ ਨੇ ਹਾਂਜੀ ਸੋ ਇਸ ਵੇਲੇ ਇਹ ਜਿਹੜਾ ਤੁਹਾਡਾ ਸਵਾਲ ਹੈਗਾ ਇਹਦਾ ਮੈਂ ਜਵਾਬ ਇਦਾਂ ਦਊਂਗਾ ਵੀ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੇ ਹਜੇ ਰੀਫਾਈਨੈਂਸ ਨਹੀਂ ਕਰਾਇਆ ਜਿਨ੍ਹਾਂ ਦੇ ਵੀ ਰੇਟ 3.875 ਤੋਂ ਉੱਪਰ ਹੈਗੇ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਵੀ ਥੋੜਾ ਬਹੁਤ ਆਪਣਾ ਰੇਟ ਬਾਰੇ ਪਤਾ ਕਰ ਲੈਣ ਕਿਉਂਕਿ ਹੱਲੇ ਵੀ ਜਿਹੜਾ ਵਿਆਜ ਹੈਗਾ ਜੇ ਤੁਹਾਡਾ ਗੁੱਡ ਕ੍ਰੈਡਿਟ ਸਕੋਰ ਹੈਗਾ 740 ਦੇ ਉੱਪਰ ਹੈਗਾ ਤੁਹਾਡੀ ਕਾਰ ਦੇ ਵਿੱਚ ਚੰਗੀ ਇਕਵਿਟੀ ਬਣੀ ਹੋਈ ਹੈਗੀ ਤੇ ਤੁਹਾਡੀ ਜਾਬ ਵੀ ਵਧੀਆ ਹੈਗੀ ਹੈ ਤੇ ਜੇ ਤੁਹਾਨੂੰ 15 ਸਾਲ ਰੇਟ 2.5% ਇੰਟਰਸਟ ਰੇਟ ਜਿਹੜਾ ਫਿਕਸ ਹੈ ਮਿਲ ਸਕਦਾ ਹੈ ਪਰ एपीआर ਹੈ ਜੀ 2.71 ਸੋ ਐਸਓ ਵਾਲੇ ਜਿਹੜੇ ਰੇਟ ਹੈਗੇ ਨੇ ਦੇ ਆਰ ਵੈਰੀ ਗੁੱਡ ਖਾਸ ਕਰ ਰੀਫਾਈਨਾਂਸ ਦੇ ਹੈਗੇ ਹੁਣ ਆਉਣ ਵਾਲੇ ਟਾਈਮ ਤੇ ਜਿਨ੍ਹਾਂ ਨੇ ਕਿੱਲੋ ਵੀ ਹਜੇ ਰੀਫਨੈਂਸ ਨਹੀਂ ਕਰਾਇਆ ਉਹ ਹੁਣ ਜੇ ਕਰਾ ਲਾਂ ਨਗਲੇ 30 45 60 ਦੇ ਦਿਨ ਜਿਹੜੇ ਹੈਗੇ ਸਾਡੇ ਕੋਲ ਹੱਲੇ ਵੀ ਲੱਗਦਾ ਵੀ ਸਾਡੇ ਕੋਲ ਹੈਗੇ ਹੈ ਜੀ ਬਟ ਇਹ ਗਰਮੀਆਂ ਦਾ ਮੌਸਮ ਜੇ ਨਿਕਲ ਜਾਊਗਾ ਜੂਨ ਜੁਲਾਈ ਕਾ ਲੋ ਜੁਲਾਈ ਤੋਂ ਬਾਅਦ ਅਗਸਤ ਮਹੀਨੇ ਦੇ ਵਿੱਚ ਤੁਹਾਨੂੰ ਚੇਂਜਸ ਜਿਹੜੀਆਂ ਲੱਗਦੀਆਂ ਵੀ ਜੋ ਇਕਨੋਮਿਸਟ ਕਹ ਰਹੇ ਨੇ ਵੀ ਉਦੋਂ ਤੱਕ ਜਾ ਕੇ ਸਰਕਾਰ ਨੂੰ ਕੋਈ ਨਾ ਕੋਈ ਫੈਸਲੇ ਲੈਣੇ ਪਣੇ ਕੋੜੇ ਤੇ ਉਹਦੇ ਵਿੱਚ ਉਹਨਾਂ ਖਜੂਰ ਰੇਟ ਵਧਾਉਣੇ ਨੇ ਵਧਾਉਣਗੇ ਸਲੋਲੀ ਸਲੋਲੀ ਵਧਾਉਂਦੇ ਆ ਟੀਕੇ ਬੜੇ ਹਿਸਾਬ ਨਾਲ ਲਾਉਣੇ ਨੇ ਇਹਨਾਂ ਨੇ ਤੁਹਾਨੂੰ ਪਤਾ ਨਹੀਂ ਜਾਂਦਾ ਪਰ ਲਾਉਣਗੇ ਇਹ ਰੇਟ ਵਧਣਗੇ ਸੋ ਜਿਨ੍ਹਾਂ ਨੇ ਨਹੀਂ ਕਰਾਇਆ ਗਰੀਫਨੈਸ ਉਹ ਕਰਾਉਣ ਜਿਨ੍ਹਾਂ ਨੇ ਘਰ ਲੈਣਾ ਜੀ ਜਿਨ੍ਹਾਂ ਨੇ ਘਰ ਆਪਣੇ ਰਹਿਣ ਵਾਸਤੇ ਲੈਣਾ ਨਾ ਯਾਦ ਤੁਸੀਂ ਇੱਕ ਛੋਟੇ ਘਰ ਲੈ ਕੇ ਵੱਡੇ ਘਰ ਜਾਣਾ ਚਾਹੁੰਦੇ ਜੇ ਇੱਥੋਂ ਪੈਸੇ ਕੱਢ ਕੇ ਚਾਰ ਕੱਢ ਕੇ ਵੱਡਾ ਘਰ ਲੈ ਲੀਏ ਉਹਨਾਂ ਵਾਸਤੇ ਵੀ ਟਾਈਮ ਬਹੁਤ ਵਧੀਆ ਹੈਗਾ ਇੱਕ ਤੇ ਸਹੀ ਪੈਸੇ ਮਿਲ ਜਿੰਦੇ ਘਰ ਦੇ ਦੂਜਾ ਘੱਡਾ ਵੱਡਾ ਘਰ ਮਿਲ ਗਿਆ ਰੇਟ ਵਧੀਆ ਮਿਲ ਗਿਆ ਸੋ ਇਹ ਦੋ ਚਾਰ ਗੱਲਾਂ ਹੈਗੀਆਂ ਰੇਟ ਦਾ ਜੂ ਖਿਆਲ ਰੱਖੋ ਕਿਉਂਕਿ ਇਹ ਜਿਹੜਾ ਇੱਥੇ ਹੈਗਾ ਅੱਜ ਇਹ ਕੱਲ੍ਹ ਦਾ ਨਹੀਂ अच्छा ਜਿਹੜੀ ਆਪਾਂ ਗੱਲ ਕਰਦੇ ਸੀ ਵੀ ਜਿਹੜੇ ਜੇ ਰੇਟ ਵਧਣ ਤੋਂ ਪਹਿਲਾਂ ਪਹਿਲਾਂ ਜਿਹੜੇ ਕਿਹੜੇ ਬੰਦੇ ਸੇਫ ਨੇ ਜਿਨ੍ਹਾਂ ਦਾ ਕੰਮ ਲੋਨ ਰੇਟ ਇੰਟਰਸਟ ਰੇਟ ਲੋਕ ਹੋ ਗਿਆ ਉਹ ਸੇਫ ਨੇ ਜਾਂ ਜਿਨ੍ਹਾਂ ਦੀ ਫਾਈਲ ਲੱਗੀ ਇੱਕ ਵਾਰੀ ਉਹ ਵੀ ਸੇਫ ਨੇ ਹਾਂਜੀ ਸੋ ਜਿਨ੍ਹਾਂ ਦੀ ਫਾਈਲ ਸਾਡੇ ਕੋਲ ਇੱਕ ਵਾਰੀ ਲੱਗ ਜੇ ਉਹ ਵੀ ਤਕਰੀਬਨ ਸੇਫ ਹੀ ਹੈਗੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਮਾਨੀਟਰ ਕਰਨੇ ਆਪਾਂ ਫਿਰ ਜਲ ਤੋਂ ਜਲ ਦੇ ਇਹਨਾਂ ਨੂੰ ਲੋਕ ਕਰਕੇ ਇਹਨੂੰ ক্লোਜ਼ ਕਰ ਦਈਏ ਲekin ਸਾਡੇ ਲੋ ਵੀ ਇਹ ਲੋਕਾਂ ਨੂੰ ਇੱਕ ਤਰ੍ਹਾਂ ਦੀ ਕਹਿ ਲੋ ਵੀ ਵਰਨਿੰਗ ਹੁੰਦੀ ਹੈ ਵੀ ਅਸੀਂ ਵੀ ਉੱਥੇ ਤੱਕ ਕਰ ਸਕਦੇ ਜਿੱਥੇ ਤੱਕ ਮਾਰਕੀਟ ਹੈਗੀ ਹੈ ਕੱਲ ਨੂੰ ਜੇ ਮਾਰਕੀਟ ਬਲ ਗਈ ਫਿਰ ਸਾਡੇ ਅਰਥ ਉਹ ਚੀਜ਼ ਰਹਿੰਦੀ ਨਹੀਂ ਸੋ ਐਸ ਵੇਲੇ ਹੈਗੀ ਹੈ ਸੋ ਜਿਨ੍ਹਾਂ ਨੇ ਨਹੀਂ ਕਰਾਇਆ ਹਲੇ ਉਹ ਐਸ ਵੇਲੇ ਇਸ ਬਾਰੇ ਜੂੜਾ ਪਤਾ ਕਰਨ ਵੀ ਉਹਨਾਂ ਨੂੰ ਕੀ ਰੇਟ ਮਿਲ ਸਕਦਾ ਜੀ ਬਿਲਕੁਲ ਮਤਲਬ ਇੱਕ ਵਾਰੀ ਤੁਹਾਡੀ ਫਾਈਲ ਜਦੋਂ ਐਂਟਰ ਹੋਗੀ ਤੇ ਉਸ ਤੋਂ ਬਾਅਦ ਕਾਫੀ ਸੇਫ ਹੋ ਜੇ ਰੇਟ ਲੋਕ ਹੋ ਗਿਆ ਫਿਰ ਤਾਂ ਬਿਲਕੁਲ ਹੀ ਸੇਫ ਹੋ ਬਿਲਕੁਲ ਬਿਲਕੁਲ ਜੀ ਫਟਾਫਟੇ ਕਰ ਲੈਣਾ ਚਾਹੀਦਾ ਅੱਛਾ ਇਹ ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਜੀ ਆਪਾਂ ਰੀਅਲ ਅ ਵੇਚਣ ਵਾਲੇ ਜਿਹੜੇ ਨੇ ਇਹ ਵੀ ਬਹੁਤ ਘੱਟ ਸਮਾਂ ਹੁੰਦਾ ਕਿ ਸਮਾਂ ਇਹ ਹੁੰਦਾ ਵੀ ਜਦੋਂ ਦੇ ਵੇਚਣ ਵਾਲਾ ਬੰਦਾ ਉਹ ਖੁਸ਼ ਉਹਨੂੰ ਰੇਟ ਵਧੀਆ ਮਿਲ ਗਿਆ ਤੇ ਖਰੀਦਣ ਵਾਲੇ ਨੂੰ ਟੂਨਾ ਲੱਗਦਾ ਤੇ ਜਾਂ ਖਰੀਦਣ ਵਾਲਾ ਖੁਸ਼ ਹੁੰਦਾ ਵੀ ਉਹਨੂੰ ਸਸਤਾ ਮਿਲ ਗਿਆ ਹੁਣ ਫਿਲਹਾਲ ਪੋਜੀਸ਼ਨ ਇਹ ਆ ਵੀ ਦੋਨੋਂ ਹੀ ਖੁਸ਼ ਨੇ ਹਾਂਜੀ ਹਾਂਜੀ ਵੇਚਣ ਵਾਲਾ ਵੀ ਖੁਸ਼ ਆ ਜੀ ਖਰੀਦਣ ਵਾਲਾ ਵੀ ਖੁਸ਼ ਆ ਇਹ ਇਹੋ ਜਿਹਾ ਮਾਹੌਲ ਪਹਿਲਾਂ ਕਦੇ ਹੋਇਆ ਜੀ ਇਹਦੇ ਰੀਅਲ ਏਸਟੇਟ ਦੇ ਇਤਿਹਾਸ ਦੇ ਵਿੱਚ ਨਹੀਂ ਜੀ ਇਹੋ ਜਿਹਾ ਮੌਲਕ ਦੇ ਜਲਦੀ ਕੀਤਾ ਬੈਣ ਜਦੋਂ ਪਹਿਲਾਂ ਇੱਕ ਵਾਰੀ ਮੌਲ ਬਣਿਆ ਸੀਗਾ ਬੜੀ ਮਾਰਕੀਟ ਇੱਕਦਮ ਚਾਂ ਚੜ ਗਈ ਸੀ ਲੋਕਾਂ ਨੇ بڑے ਘ ਉਹਦੇ ਵਿੱਚ ਨਾ ਧੋਖਾਧੜੀ ਬੜੀ ਹੋਈ ਫਰਾਡ ਬੜਾ ਹੋਇਆ ਸੀਗਾ ਲੋਕਾਂ ਨੇ ਐਵੇਂ ਜਿਨ੍ਹਾਂ ਦੇ ਜੌਬਾਂ ਨਹੀਂ ਵੀ ਉਹਨਾਂ ਵੀ ਲੋਨ ਕਰਾ ਲਏ ਜਿਨ੍ਹਾਂ ਨੇ ਕਹ ਲੋ ਵੀ ਇੱਕ ਦੀ ਜਗ੍ਹਾ ਦੋ ਦੋ ਤਿੰਨ ਦਿਨ ਕਾਰ ਲੈ ਕੇ ਗਵਾਂਢੀ ਆਸੇ ਲੈ ਲਿਆ ਉਹਦੀ ਫੈਮਲੀ ਆਸੇ ਲੈ ਲਿਆ ਉਹ ਬੜਾ ਮਲਕੀ ਮਾਹੌਲ ਖਰਾਬ ਸੀ ਉਹਦੇ ਵਿੱਚ ਬੈਂਕਾਂ ਦੀ ਬੜੀ ਗਲਤੀ ਸੀਗੀ ਕੰਜ਼ਿਊਮਰਸ ਦੀ ਬੜੀ ਗਲਤੀ ਸੀਗੀ ਲੇਕਿਨ ਹੁਣ ਦਾ ਜਿਹੜਾ ਮਾਹੌਲ ਹੈਗਾ ਇਹਦੇ ਵਿੱਚ ਸਰਕਾਰ ਇੱਕ ਬੜੀ ਸਮਝੀ ਉਹਦੋਂ ਗੱਲਾਂ ਨੇ ਵੀ ਗਲਤੀਆਂ ਕਿ ਹੋਈਆਂ ਉਹ ਸਾਰੀਆਂ ਸੁਧਾਰੀਆਂ ਹੁਣ ਜੇ ਲੋਨ ਕਰਾਉਣਾ ਹੋਵੇ ਨਾ ਤੇ ਬਸ ਹੋ ਜਾਂਦੀ ਏ ਤਕਰੀਬਨ ਤਕਰੀਬਨ ਮੈਂ ਸਹੀ ਸਹੀ ਗੱਲ ਦੱਸਣਾ ਕਿਉਂਕਿ ਮੈਂ ਵੀ ਕਹਾਂ ਜੀ ਬੜਾ ਸੌਖਾ ਕੰਮ ਹੈਗਾ ਜਿਹੜਾ ਮਰਜ਼ੀ ਆਖ ਲੈ ਲੈ ਇਹੋ ਜੀ ਗੱਲ ਨਹੀਂ ਹੈਗੀ ਲੋਨ ਕਰਾਣ ਜਾਓਗੇ ਤੇ ਪਾ ਚੱਲੂਗਾ ਵੀ ਉਹਨਾਂ ਨੇ ਤੁਹਾਡੇ ਕੋ ਐ ਇਹੋ ਜੇ ਕਾਗਜ਼ ਮੰਗਣ ਦੇ ਸੀ ਕਹਣਾ ਯਾਰ ਇੰਨੇ ਕਾਗਜ਼ ਤਕਰੀਕਿਆਂ ਨੇ ਮੰਗੇ ਨਹੀਂ ਅਸੀਂ ਲੋਨ ਹੀ ਕਰਾਣੇ ਅਸੀਂ ਕਿਹਾ ਕਿ ਫ੍ਰਿਜ ਮੰਗਣ ਦੇ ਆ ਬਟ ਇਹ ਤਾਂ ਵੀ ਮਾਰਕੀਟ ਕਲੀਨ ਰਵੇ ਸਾਫ਼ ਛੁੱਟੀ ਰਵੇ ਤੇ ਸਾਰੀ ਸਹੀ ਚੱਲਦੀ ਰਵੇ ਸੋ ਇਸ ਵੇਲੇ ਜਿਹੜੀ ਮਾਹੌਲ ਇਹ ਬਣਿਆ ਹੋਇਆ ਵੀ ਲੋਨ ਜਿਹੜਾ ਕਰਾਉਣਾ ਹੈਗਾ ਇਟ ਇਜ਼ ਵੈਰੀ ਡਿਫਿਕਲਟ ਉਹ ਤਾਂ ਹੈਗਾ ਜੱਗੀ ਭਾਜੀ ਉਹ ਮੇਕ ਸ਼ੂਰ ਕਰਨਾ ਚਾਹੁੰਦੇ ਆ ਵੀ ਇਹ ਮਾਰਕੀਟ ਸਟੇਬਲ ਰਵੇ ਜਦੋਂ ਤੋਖਾ ਤੜੀ ਨਾ ਹੋਵੇ ਕੱਲ ਨੂੰ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਜੀ ਬਿਲਕੁਲ 2008 ਦੇ ਵਿੱਚ ਜਿਹੜੀ ਹਾਲਤ ਹੋਈ ਸੀ ਉਹ ਨਾ ਹੋਣ 2008 ਦੇ ਵਿੱਚ ਦੱਸਦੇ ਨੇ ਜੀ ਉਦੋਂ ਤਾਂ ਫੇਰ ਬਹੁਤ ਘਰ ਵਾਪਸ ਗਏ ਤੜਾ ਤੜ ਤੇ ਹੁਣ ਵੀ ਲੋਕਾਂ ਨੂੰ ਚੀਮਾ ਜੀ ਉਮੀਦ ਇਹ ਹੀ ਸੀ ਵੀ ਇਹ ਘਰ ਹੁਣ ਜਦੋਂ ਹੋ ਜਾਣੇ ਆ ਨਵੀਂ ਸਰਕਾਰ ਆਉਣੀ ਆ ਘਰ ਤੜਾ ਤੜ ਬੈਂਕਾਂ ਨੂੰ ਵਾਪਸ ਜਾਣੇ ਸ਼ੁਰੂ ਹੋ ਜਾਣਗੇ ਜੇ ਹੋ ਜਾਣਗੇ ਉਹ ਹੋ ਜਾਣਗੇ ਉਹ ਚੀਜ਼ ਹੋਈ ਨਹੀਂ ਅੱਛਾ ਹੁਣ ਅਸੀਂ ਜਿਹੜੀ ਜ਼ਰੂਰੀ ਗੱਲ ਕਰਨੀ ਚਾਹੁੰਦੇ ਆ ਇੱਕ ਅੱਜਕੱਲ ਦੇ ਜ ਜਦੋਂ ਅਸੀਂ ਸਿੱਕੇ ਜਾਂ ਸਾਡੇ ਤੋਂ ਉੱਪਰ ਵਾਲੇ ਇਹ ਬੰਦੇ ਨੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਡਾਇਰੈਕਟ ਗੱਲ ਕਰੀਏ ਡਾਇਰੈਕਟ ਗੱਲ ਕਰਕੇ ਸਾਨੂੰ ਕੋਈ ਅਸੀਂ ਜਿਹੜੇ ਵੀ ਕੰਮ ਕਰਾਉਣਾ ਸਾਨੂੰ ਅੱਗੇ ਪੰਜਾਬੀ ਬੰਦਾ ਮਿਲੇ ਡਾਇਰੈਕਟ ਗੱਲ ਕਰੀਏ ਤੇ ਅਸੀਂ ਸਾਡਾ ਕੰਮ ਤਾਂ ਸਾਡੇ ਮਨ ਨੂੰ ਤਸੱਲੀ ਆਉਂਦੀ ਹੈ ਅੱਜ ਕੱਲ ਸਮਾਂ ਚੇਂਜ ਹੋ ਗਿਆ ਜਿਹੜੇ ਬੱਚੇ ਆ ਗਏ ਉਹ ਜ਼ਿਆਦਾ ਆਨਲਾਈਨ ਕੰਮ ਕਰਨਾ ਚਾਹੁੰਦੇ ਨੇ ਵੀ ਚਲੋ ਅਸੀਂ ਸਾਰਾ ਕੁਝ ਜਿਵੇਂ ਅਸੀਂ ਬਹੁਤ ਸਾਰੀਆਂ ਕੰਪਨੀਆਂ ਦੇ ਕਰਦੇ ਆਂ ਆਨਲਾਈਨ ਅਗਰ ਅਸੀਂ ਜੈਂਡਰ ਦੀ ਗੱਲ ਕਰੀਏ ਤੇ ਇਹਦੇ ਜੇ ਆਨਲਾਈਨ ਕਿਸੇ ਨੇ ਰੀਫਾਈਨਾਂਸ ਦਾ ਅਪਲਾਈ ਕਰਨਾ ਜਾਂ ਨਵੇਂ ਲੋਨ ਦੀ ਗੱਲ ਕਰਨੀ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ ਹਾਂਜੀ ਉਹਦੇ ਵਾਸਤੇ ਦੇਖੋ ਜੀ ਫਿਲਹਾਲ ਤੁਸੀਂ gendermortgage.com ਜਾਂ gozunder.com ਤੇ ਚਲ ਜੂ GOXANDER.com ਇੱਥੇ ਜਾ ਕੇ ਤੁਹਾਨੂੰ ਇੱਕ ਅਪਲਾਈ ਕਰਨ ਦੀ ਆਪਸ਼ਨ ਆ ਜਾਂਦੀ ਹੈ ਤੁਸੀਂ ਉਹਦੇ ਵਾਸਤੇ ਲਾਉਨਾਸੇ ਅਪਲਾਈ ਵੀ ਕਰ ਸਕਦੇ ਹੋ ਤੇ ਸਾਡੇ ਫਿਰ ਜੇ ਤੁਸੀਂ ਅਪਲਾਈ ਕਰਦੇ ਹੋ ਸਾਨੂੰ ਫਿਰ ਈਮੇਲ ਆ ਜਾਂਦੀ ਵੀ ਤੁਸੀਂ ਕੁਝ ਇੰਟਰਸਟਿਡ ਹੈਗੇ ਹੋ ਤੁਹਾਡੇ ਕੋਈ ਸਵਾਲ ਹੈਗੇ ਨੇ ਫਿਰ ਅਸੀਂ ਤੁਹਾਨੂੰ ਐਕਚੁਅਲੀ ਕਾਲ ਕਰਕੇ ਤੁਹਾਡੀ ਸਾਰੀ ਗੱਲਬਾਤ ਸਮਝ ਕੇ ਫਿਰ ਅਸੀਂ ਤੁਹਾਨੂੰ ਦੱਸ ਸਕਣਾ ਵੀ ਤੁਹਾਡੇ ਐਸੇ ਕਿਹੜੀ ਚੀਜ਼ ਦਾ ਜ਼ਿਆਦਾ ਬੈਨੀਫਿਟ ਹੈਗਾ ਤੁਹਾਨੂੰ ਕੀ ਕਰਨਾ ਚਾਹੀਦਾ ਹੈਗਾ ਬਟ ਔਨ ਵਾਲੇ ਟਾਈਮ ਦੇ ਵਿੱਚ ਸਾਡੇ ਜਿਹੜਾ ਇੱਕ ਹੋਰ ਨੈਕਸਟ ਸਟੈਪ ਕੰਪਨੀ ਚੱਕ ਰਹੀ ਏ ਉਹ ਆ ਵੀ ਨੂੰ ਅਸੀਂ ਕਾਫੀ ਆਨਲਾਈਨ ਪ੍ਰੈਫਰੈਂਸ ਦੇਣੀ ਸ਼ੁਰੂ ਕਰਾਂਗੇ ਕਿਉਂਕਿ ਹੁਣ ਕਾਫੀ ਲੋਕਾਂ ਕੋਲ ਟਾਈਮ ਨਹੀਂ ਹੈਗਾ ਹਰ ਇੱਕ ਬੰਦੇ ਦਾ ਵੀ 2 ਮ ਤੇ ਉਹਦੇ ਵਾਸਤੇ ਜਿਹੜਾ ਫਿਰ ਆਨਲਾਈਨ ਦੀ ਜਿਹੜੀ ਕੱਲ ਸਾਡੀ ਪ੍ਰੈਜੈਂਸ ਆ ਉਹ ਸੁਵਿਧਾਨ ਦੀ ਕੋਸ਼ਿਸ਼ ਕਰ ਰਹੇ ਆ ਤੇ ਆਉਣ ਵਾਲੇ ਮਹੀਨੇ ਦੋ ਮਹੀਨੇ ਵਿੱਚ ਦੇਖੋਗੇ ਵੀ ਇਹਦੇ ਵਿੱਚ ਵੀ ਕਾਫੀ ਕੰਮ ਜਿਹੜੀ ਰੈਂਡਰ ਮੌਗਜ ਕਰੋਗੇ ਆਨਲਾਈਨ ਦਾ ਵੈਸੇ ਕਈ ਵਾਰੀ ਪ੍ਰੋਸੀਜਰ ਜਿਆਦਾ ਹੁੰਦਾ ਜੀ ਲੰਬਾ ਤੇ ਫਿਰ ਵੀ ਕਸਟਮਰ ਨੂੰ ਥੱਲੀ ਹੁੰਦੀ ਸਾਨੂੰ ਕਾਲ ਆ ਗਈ ਜੀ ਕੰਪਨੀ ਦੀ ਤੇ ਉਹ ਜੇ ਅਸੀਂ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਉਹ ਤਾਂ ਡਾਇਰੈਕਟ ਕਾਲ ਕਰਕੇ ਹੀ ਗੱਲ ਕਰਨੀ ਪਸੰਦ ਕਰਦੇ ਨੇ ਤੇ ਪਰ ਅੱਜ ਕੱਲ ਦੇ ਬੱਚੇ ਆਨਲਾਈਨ ਵੀ ਜ਼ਿਆਦਾ ਕਰਦੇ ਨੇ ਤੁਸੀਂ ਵੀ ਆਨਲਾਈਨ ਸਾਰਾ ਕੁਝ ਕਰ ਰਹੇ ਹੋ ਬੜੀ ਵਧੀਆ ਗੱਲ ਹੈ ਤੇ ਹੁਣ ਅਸੀਂ ਰੀਫਾਈਨਾਂਸ ਦੀ ਜਿਹੜੀ ਗੱਲ ਕਰਾਂਗੇ ਜੀ ਰੀਫਾਈਨਾਂਸ ਕਿੰਨੇ ਪੰਜਾਬੀਆਂ ਨੇ ਲੱਗਦਾ ਕਰਾ ਲਿਆ ਉਹ ਕਿੰਨੇ ਕੁ ਰਹਿ ਗਏ ਹੋਣਗੇ ਅਗਲਾ ਸਵਾਲ ਫਿਰ ਇਹ ਨਾਲ ਰਿਲੇਟਡ ਹੀ ਹੈ ਹਾਂਜੀ ਹਾਂਜੀ ਸੋ ਜਿਹੜੀ ਗੱਲ ਤੇ ਤੁਸੀਂ ਰੀਫਨੈਸ ਦੀ ਜਿਹੜੀ ਗੱਲ ਕਰ ਰਹੇ ਹੋ ਕਿ ਕਿੰਨੇ ਨੇ ਕਰਾ ਲਿਆ ਕਿਹਨੇ ਨਹੀਂ ਕਰਾਇਆ ਕਾਫੀ ਮਾਤਰਾ ਵਿੱਚ ਹਾਲੇ ਵੀ ਸਾਡੇ ਕਲੋ ਵੀ ਕਮਿਊਨਿਟੀ ਦੇ ਹੈ ਲੋਕ ਹੈਗੇ ਨੇ ਜਿਹੜੇ ਵੀ ਐਸ ਵਾਲੀ ਬਹੁਤ ਬਿਜ਼ੀ ਨੇ ਉਹਨਾਂ ਦਾ ਕੰਮ ਬਹੁਤ ਚੱਲਦਾ ਪਿਆ ਹਜੇ ਵੀ ਉਹਨਾਂ ਨੂੰ ਕੋਈ ਟਾਈਮ ਨਹੀਂ ਹੈਗਾ ਰੀਫਨੈਸ ਕਰਨ ਦਾ ਸੋ ਜਿਨ੍ਹਾਂ ਨੇ ਹਜੇ ਨਹੀਂ ਕਰਾਇਆ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਵੀ ਤੁਸੀਂ ਪਲੀਜ਼ ਇਹਦੇ ਵਾਸਤੇ ਪਤਾ ਕਰੋ ਆਪਣੇ ਜਿਹੜਾ ਵੀ ਤੁਹਾਡਾ ਰੀਫਨੈਸ ਦਾ ਸਵਾਲ ਆਊਗਾ ਸੋ ਆਪ ਜੀ ਪੁੱਛ ਲਓ ਕਿ ਸਵਾਲ ਪੁੱਛਣ ਦਾ ਕੋਈ ਤੁਹਾਡਾ ਕੋਈ ਖਰਚਾ ਨਹੀਂ ਹੈਗਾ ਤੁਸੀਂ ਫ੍ਰੀ ਗਾਈਡੈਂਸ ਲਓ ਫ੍ਰੀ ਨੋਲਿਜ ਲਓ ਫਿਰ ਤੁਸੀਂ ਆਪਣਾ ਡਿਸੀਜਨ ਆਪ ਲੈ ਲਓ ਜੀ ਇੱਕ ਅਸੀਂ ਮੋਸਟਲੀ ਗੱਲ ਕਰੀਏ ਸਾਡੇ ਪੰਜਾਬੀ ਬਿਜ਼ਨਸ ਦੇ ਵਿੱਚ ਨੇ ਕੰਮ ਕਰਨਾ ਚ ਨੇ ਜਾਂ ਅਸੀਂ ਰੈਸਟੋਰੈਂਟ ਬਿਜ਼ਨਸ ਕਰ ਲਓ ਕੁਝ ਕਰ ਲਓ ਜਿਹੜੇ ਪਿਛਲੇ ਸਮੇਂ ਤੋਂ ਬੰਦ ਸੀ ਬੰਦ ਸੀ ਜਾਂ ਉਹ ਗਵਰਨਮੈਂਟ ਕੋ ਬੰਦ ਸੀ ਨਹੀਂ ਸੀ ਪਰ ਗਵਰਨਮੈਂਟ ਕੋ ਗ਼ਮਦਾਰ ਲੈ ਰਹੇ ਸੀ ਮੱਧ ਤੋਂ ਲੈ ਰਹੇ ਸੀਗੇ ਤੇ ਉਹਨਾਂ ਨੇ ਜੇਕਰ ਰੀਫਾਈਨੈਂਸ ਕਰਾਉਣਾ ਵਜੇ ਨੌਕਰੀ ਕਰਦਾ ਬੰਦਾ ਉਹ ਤਾਂ ਠੀਕ ਹੈ ਜੇ ਉਹਨਾਂ ਨੇ ਰੀਫਾਈਨੈਂਸ ਕਰਾਉਣਾ ਹੋਵੇ ਕਾਰ ਜਿਹੜੇ ਗਵਰਨਮੈਂਟ ਕੋ ਪੈਸੇ ਲੈ ਰਹੇ ਨੇ ਯਾ ਕਈਆਂ ਨੇ ਪੇਮੈਂਟ ਕਰਦੀ ਰੋਕੀ ਹੋਈ ਹੈ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਅਪਡੇਟ ਕਰਨ ਵਾਸਤੇ ਹਾਂਜੀ ਦੇਖੋ ਜਿਹੜੀ ਤੇ ਹੈਗੀ ਹੈ ਅਨਐਮਪਲੋਇਮੈਂਟ ਦੀ ਗੱਲ ਜਿਨ੍ਹਾਂ ਨੇ ਤੇ ਲਈ ਹੈ ਅਨਐਮਪਲੋਇਮੈਂਟ ਸਿਰਫ ਫਰਸਟ ਟਾਈਮ ਉਹਨਾਂ ਵਾਸਤੇ ਉਹ ਜਿਹੜੀ ਅਨਐਮਪਲੋਇਮੈਂਟ ਦੀ ਇਨਕਮ ਹੈ ਉਹਨਾਂ ਨੇ ਕਾਊਂਟ ਨਹੀਂ ਕਰਨੀ ਬੈਂਕ ਦੇ ਅੰਡਰਰਾਈਟਰ ਜਿਨ੍ਹਾਂ ਨੇ ਫਰਸਟ ਟਾਈਮ ਫਰਸਟ ਟਾਈਮ ਲਈ ਹੁਣ ਕਈ ਹੁੰਦੇ ਆ ਵੀ ਜਿਹੜੇ ਕਾਮੀ ਹਰ ਸਾਲ ਅਨਐਮਪਲੋਇਮੈਂਟ ਲੈਂਦੇ ਲੈਂਦੇ ਜਿਵੇਂ ਵੀ ਫਾਰਮ ਵਰਕਰ ਹੋ ਕੇ ਉਹਨਾਂ ਨੇ 8 ਕਿ ਮਹੀਨੇ ਕੰਮ ਕਰਨਾ ਹੁੰਦਾ ਤੇ 4 ਮਹੀਨਿਆਂ ਨੂੰ ਅਨਐਮਪਲੋਇਮੈਂਟ ਦੇ ਕੋਲ ਉਹ ਉਹ ਕੰਕਾ ਦੇ ਆਊਟ ਆਊ ਕਰਦੇ ਆ ਤੇ ਬਾਕੀ ਜਿਹੜੀ ਗੱਲ ਜੀ ਵੀ ਕਈਆਂ ਨੇ ਘਰਾਂ ਦੀ ਕਰਾਈਏ ਫੋਰ ਬੈਰੈਂਟਸ ਵੀ ਘਰਾਂ ਦੀ ਪੇਮੈਂਟਾਂ ਰੋਕਤੀਆਂ ਤੇ ਜੇ ਉਹ ਹੋਣ ਡਿਫਰੈਂਸ ਕਰਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਦੋ ਤਰੀਕੇ ਆ ਪਹਿਲਾ ਤਰੀਕਾ ਵੀ ਜਿੰਨਾ ਵੀ ਤੁਹਾਡਾ ਪਿਛਲਾ ਫੋਰ ਬੈਰੈਂਟ ਦਾ ਖਰਚਾ ਰਹਿੰਦਾ ਜਿਹੜਾ ਤੁਸੀਂ ਰੋਕਿਆ ਨਹੀਂ ਦਿੱਤਾ ਉਹ ਦੇ ਦਿਓ ਉਹਨੂੰ ਕਰੰਟ ਕਰ ਲਓ ਤੇ ਫਿਰ ਤੁਹਾਡਾ ਲੋਨ ਹੋ ਸਕਦਾ ਜਾਂ ਤੁਸੀਂ ਪੇਮੈਂਟਸ ਨੂੰ ਕਰੰਟ ਕਰ ਲਓ ਠੀਕ ਹੈ ਤਿੰਨ ਮਹੀਨੇ ਦੇ ਪੇਮੈਂਟ ਜੇ ਜੇ ਆ ਮਈ ਲਾਗਾ ਮਈ ਦੇ ਹਨ ਤੱਕ ਨਾ ਵੀ ਮਈ ਜੂਨ ਜੁਲਾਈ ਦੀ ਅਗਰ ਚ ਜਾ ਕੇ ਤੁਹਾਡਾ ਲੋਨ ਰੀਫਾਈਨਾਂਸ ਹੋ ਸਕਦਾ ਹੈ ਬਿਲਕੁਲ ਜੀ ਜੇ ਤਿੰਨ ਮਹੀਨੇ ਦੀ ਪੇਮੈਂਟ ਰੈਗੂਲਰ ਕਰਕੇ ਵੀ ਕਿੰਨੇ ਹਜ਼ਾਰਾਂ ਡਾਲਰ ਬਚ ਸਕਦੇ ਨੇ 5-7000 ਦੀ ਪੇਮੈਂਟ ਜੇ ਹੋਊਗੀ ਟੋਟਲ ਤਿੰਨ ਮਹੀਨੇ ਦੀ ਤੇ ਉਹ ਦੇ ਕੇ ਤੇ 15-20000 ਬਚ ਸਕਦਾ ਪਰ ਪਿੱਛੇ ਜੇ ਦੇਖਿਆ ਸੀ ਕਈਆਂ ਦੀ ਕਿਸ਼ਤਾਂ ਜਿਹੜੀ ਸੀਗੀ ਉਹ 2250 ਤੋਂ ਕੋਈ ਕਿਸ਼ਤ ਜਿਹੜੀ ਉਹ 15-16 ਤੱਕ ਰਹਿ ਗਈ 15-1600 ਤੱਕ ਜੀ ਜੀ ਹਾਂਜੀ ਤੇ ਇਹ ਵੀ ਬਹੁਤ ਵੱਡਾ ਪੁਆਇੰਟ ਹੈ ਹਾਂਜੀ ਹਾਂਜੀ ਬਹੁਤ ਹੈਗਾ ਜੀ ਇੱਕ ਸਵਾਲ ਮੈਂ ਕੱਲ ਕਾਲ ਵੀ ਤੁਹਾਨੂੰ ਅਸੀਂ ਕੀਤੀ ਸੀਗੀ ਤੇ ਉਹ ਉਹ ਹੋਰ ਵੀ ਬਹੁਤ ਕੇਸ ਹੋਣਗੇ ਜਿਨ੍ਹਾਂ ਨੇ ਮਤਲਬ ਲੋਨ ਹੋਏ ਕੀ ਉਹਨਾਂ ਨੂੰ ਫੋਰ ਕਲੋਜ਼ ਕਰਵਾ ਦਿੱਤਾ ਸੀ ਜਿਵੇਂ ਤੁਹਾਨੂੰ ਦੱਸਿਆ ਕੱਲ ਤੇ ਉਹੋ ਜੇ ਲੋਕਾਂ ਵਾਸਤੇ ਜਿਹਨਾਂ ਫੋਰ ਕਲੋਜ਼ ਕਰਾਤਾ ਦੁਬਾਰਾ ਲੋਨ ਲੈਣਾ ਉਹਨਾਂ ਵਾਸਤੇ ਕੀ ਗਾਈਡਲਾਈਨ ਹੈਗੀ ਤੁਹਾਡੇ ਵੱਲੋਂ ਹਾਂਜੀ ਸੋ ਦੇਖੋ ਜਿਹੜਾ ਫੋਰ ਕਲੋਜ਼ ਦਾ ਰੂਲ ਹੁੰਦਾ ਇਹ ਇਹਦੇ ਵਿੱਚ ਬੜੀ ਤਰ੍ਹਾਂ ਦੇ ਨਾਲ ਡਿਟੇਲਸ ਹੁੰਦੀਆਂ ਮਤਲਬ ਸਿੰਪਲ ਜੀ ਗੱਲ ਦਾ ਸੀ ਨਾ ਜੇ ਤੁਸੀਂ ਕਨਵੈਨਸ਼ਨ ਲੋਨ ਕਰਾਣਾ ਤੇ ਜਦੋਂ ਤੁਹਾਡਾ ਫੋਰ ਕਲੋਜ਼ ਹੋਇਆ ਸੀਗਾ ਤੇ ਜਿਹੜੀ ਉਹ ਤੁਹਾਡੀ ਪ੍ਰਾਪਰਟੀ ਸੀਗੀ ਉਹ ਬੈਂਕ ਕੋ ਚਲ ਜਾਂਦੀ ਹੈ ਜਦੋਂ ਬੈਂਕ ਤੋਂ ਉਤਰ ਕੇ ਉਹ ਕੇ ਹੋਰ ਨਾਲ ਚੱਲੀ 7 ਸਾਲ ਬਾਅਦ अच्छा ਉਸ ਤਰੀਕ ਤੋਂ ਲੈ ਕੇ 7 ਸਾਲ ਕਾਊਂਟ ਕਰ ਲੋ ਉਸ ਤੋਂ ਬਾਅਦ ਜਾ ਕੇ ਤੁਹਾਡਾ ਜਿਹੜਾ ਕਨਵੈਨਸ਼ਨ ਲਾਉਣਾ ਉਹ ਹੋ ਸਕਦਾ ਜੀ ਇਹ ਤੇ ਅੱਗੇ ਫੋਲ ਕਲੋਜ਼ ਦੀ ਗੱਲ ਐਫ ਐਚ ਦਾ ਥੋੜਾ ਵੱਖਰਾ ਹੈਗਾ ਐਫ ਐਚ ਦੇ ਵਿੱਚ ਅਪ ਟੂ 2 ইয়ার্স ਤੁਸੀਂ ਦਿਖਾ ਸਕਦੇ ਹੋ ਵੀ 2 ਸਾਲ ਹੋ ਗਏ ਨੇ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਵੀ ਐਫ ਐਚ ਦਾ ਲੋਨ ਜਿਹੜਾ ਹੈਗਾ ਉਹ ਜਲਦੀ ਹੋ ਜਾਂਦਾ ਸੋ ਸਰਕਾਰੀ ਲੋਨ ਹੈਗਾ ਇਸ ਕਰ ਨੂੰ ਥੋੜੀ ਰਾਹਤ ਰਾਹਤ ਦੇ ਦਿੰਦੇ ਆ ਸੋ ਫੋਲ ਕਲੋਜ਼ ਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਘਰ ਲੈ ਨਹੀਂ ਸਕਦੇ ਹਾਂਜੀ ਰੂਲਸ ਵੱਖਰੇ ਵੱਖਰੇ ਹੈਗੇ ਇਹਨਾਂ ਵਿੱਚ ਵੀ ਅੱਗੇ ਬੜੀਆਂ ਹੋਰ ਡੀਟੇਲ ਗਾਈਡਲੈਂਸ ਹੋਣੀਆਂ ਵੀ ਸਾਡਾ ਸਾਡਾ ਜਿਹੜਾ ਕੰਮ ਹੈਗਾ ਇਹ ਜਿਹੜੀ ਬੜੀ ਉਹ ਹੈਗਾ ਵੀ ਤੁਹਾਡੀ ਮੁਸ਼ਕਲ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਜ਼ੈਂਡਰ ਮਾਰਗੇਜ ਹੱਲ ਕਰਨਾ ਹਾਂਜੀ ਹੱਲ ਕਰਨਾ ਉਹ ਸਾਡਾ ਕੰਮ ਹੈ ਹੁਣ ਮੈਂ ਕੋਈ ਹੋਰ ਕੰਮ ਨਹੀਂ ਕਰਦਾ ਮੈਨੂੰ ਬਸ ਇਹੋ ਕੰਮ ਹੈ ਸਮਝ ਲਓ ਮੇਰੇ ਕੋਲ ਇਸੇ ਕੰਮ ਦੀ ਆਪਣੀ ਨੌਲੇਜ ਦੀ ਡਿਗਰੀ ਇਹੋ ਹੈਗੀ ਹੈ ਕਿ ਭਾਈ ਜੀ ਕਿਸੇ ਲੋਨ ਕਾਣਾ ਹੋਵੇ ਤੇ ਲੋਨ ਨਹੀਂ ਹੁੰਦਾ ਪਿਆ ਉਹਨਾਂ ਦੀ ਮੈਂ ਕੀ ਸਹਾਇਤਾ ਕਰਨਾ ਜੀ ਮੈਂ ਕਮਿਊਨਿਟੀ ਦਾ ਮੈਂਬਰ ਹੈਗਾ ਪੰਜਾਬੀ ਹੋਣ ਦੇ ਨਾਤੇ ਆਪਣੇ ਭੈਣ ਭਰਾਵਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਕਿ ਤੁਸੀਂ ਇਹ ਨਹੀਂ ਗੱਲ ਸਮਝਿਓ ਮੇਰਾ ਲੋਨ ਨਹੀਂ ਹੋਇਆ ਜਾਂ ਤੁਹਾਨੂੰ ਕਿਸੇ ਨਾਲ ਘਾਤੀ ਵੀ ਤੁਸੀਂ ਘਰ ਨਹੀਂ ਲੈ ਸਕਦੇ ਤੁਸੀਂ ਪਲੀਜ਼ ਸਾਨੂੰ ਕੰਟੈਕਟ ਕਰੋ ਆਪਣੀ ਜਿਹੜੀ ਵੀ ਤੁਹਾਡੀ ਮੁਸ਼ਕਲ ਹੈ ਸਾਡੇ ਦੱਸੋ ਅੱਗੇ ਉਹ ਮੇਰੀ ਜ਼ਿੰਮੇਵਾਰੀ ਹੈਗੇ ਮੈਂ ਤੁਹਾਡਾ ਕਿੱਦਾਂ ਹੱਲ ਲੱਭਾਂਗਾ ਤੁਹਾਨੂੰ ਮੈਂ ਕਿੱਦਾਂ ਗਾਈਡ ਕਰਾਂ ਤਾਂ ਕਿ ਤੁਹਾਡਾ ਜਿਹੜਾ ਘਰ ਲੈਣ ਦਾ ਸੁਪਨਾ ਉਹ ਪੂਰਾ ਹੋ ਗਿਆ। ਜਦੋਂ ਮੇਰੇ ਘਰ ਲੈਣ ਦਾ ਸੁਪਨਾ ਇਹਨਾਂ ਨੇ ਪੂਰਾ ਕੀਤਾ ਮੈਂ ਪਹਿਲਾਂ ਵੈਸੇ ਘਰ ਵਾਲਾ ਦੱਸਿਆ ਘਰ ਵਾਲੀ ਦਾ ਪਰ ਅਸਲ ਘਰ ਵਾਲਾ ਜਿਹੜਾ ਮੈਂ ਘਰ ਕਰਦਾ ਘਰ ਵਾਲਾ ਜਿਹੜਾ ਹੁਣ ਬਾਅਦ ਦੇ ਵਿੱਚ ਇਹਨਾਂ ਨੇ ਬਣਾਇਆ ਮੇਰਾ ਤਜਰਬਾ ਇਹੀ ਹੈ ਕਿ ਬਹੁਤ ਸੋਚ ਸਮਝ ਕੇ ਪੇਪਰ ਸਾਰੇ ਜਿਹੜੇ ਤਿਆਰ ਕਰਵਾਉਂਦੇ ਆ ਔਰ ਕੰਮ ਕਰਨ ਦਾ ਤਰੀਕਾ ਤੁਹਾਡਾ ਵੱਖਰਾ ਜੀ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਦਾ ਇਹ ਇਹ ਮੈਂ ਬਹੁਤ ਘੱਟ ਕੰਪਨੀਆਂ ਦੇ ਵਿੱਚ ਬਹੁਤ ਘੱਟ ਲੋਕਾਂ ਦੇ ਵਿੱਚ ਇਹ ਡੈਡੀਕੇਸ਼ਨ ਦੇਖੀ ਹੈ ਜਿਹੜੀ ਤੁਹਾਡੇ ਔਰ ਤੁਹਾਡੇ ਸਟਾਫ ਦੇ ਵਿੱਚ ਹੈਗੀ ਆ ਅੱਛਾ ਉਹਦੇ ਨਾਲ ਹੀ ਰਿਲੇਟਡ ਇੱਕ ਹੋਰ ਸਵਾਲ ਇਹ ਸੀ ਕਿ ਸਟ ਕਈ ਬੰਦਿਆਂ ਤਿੰਨ ਵਾਰੀ ਡਿਨਾਈ ਹੋ ਗਿਆ ਉਹ ਫਿਰ ਦਿਲ ਛੱਡ ਦੇ ਨੇ ਸਾਡਾ ਸ਼ਾਇਦ ਕਿਤੇ ਵੀ ਨਹੀਂ ਹੋਣਾ ਤੇ ਕੀ ਉਹਨਾਂ ਦਾ ਲੋਨ ਹੋ ਸਕਦਾ ਜੇ ਹੋ ਸਕਦਾ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਵੈਸੇ ਤਾਂ ਸਿੱਧਾ ਸਿੱਧਾ ਤਾਂ ਕੰਮ ਹੈਗਾ ਕਰਨਾ ਹੀ ਚਾਹੀਦਾ ਕਿ ਕਾਲ ਕਰ ਲੈਣ ਤੁਹਾਨੂੰ ਪਰ ਫਿਰ ਵੀ ਆਪਾਂ ਨੂੰ ਕੋਈ ਜ਼ਰੂਰ ਟਿਪ ਹਾਂਜੀ ਔਰ ਐਕਚੁਅਲੀ ਜਗੀ ਭਾਈ ਜੀ ਤੁਹਾਡਾ ਬਹੁਤ ਸਾਰਾ ਸਵਾਲ ਹੈਗਾ ਅਕਸਰ ਮੈਂ ਜੋ ਦੇਖਿਆ ਜੋ ਮੇਰੇ ਐਕਸਪੀਰੀਅੰਸ ਅਧਾਰਾ ਮੇਰੇ ਕੋ ਜਿੰਨੇ ਵੀ ਕਈ ਕਲਾਇੰਟਸ ਆਉਂਦੇ ਨੇ ਉਹ ਕਈ ਵਾਰ ਇੱਕ ਦੋ ਵਾਰ ਹੀ ਕਿਥੋਂ ਜਾਣਦੇ ਨੇ ਸਾਡੇ ਹੁੰਦਾ ਕੀ ਹੈ ਵੀ ਅਸੀਂ ਪੰਜਾਬ ਤੋਂ ਤੁਰ ਕੇ ਇੱਥੇ ਪਹੁੰਚਿਆ ਅਮਰੀਕਾ ਦੇ ਵਿੱਚ ਸਾਡਾ ਇੱਕ ਦੂਜੇ ਨਾਲ ਨਾਤਾ ਹੁੰਦਾ ਕਿਸੇ ਨੇ ਇਹ ਤੁਹਾਨੂੰ ਕਿਹਾ ਯਾਰ ਮੈਂ ਮੈਂ ਲੋਨ ਕਰਾਉਣ ਗਿਆ ਸੀ ਬਣ ਜੇਗਾ ਜੱਗੀ ਭਾਜੀ ਤੁਸੀਂ ਦੱਸੋ ਮੈਂ ਕਿੱਥੇ ਜਾਵਾਂ ਹਾਂ ਤੁਸੀਂ ਕਿਹਾ ਯਾਰ ਮੈਂ ਤੁਹਾਨੂੰ ਦੱਸਦਾ ਇੱਥੇ ਚੱਲ ਜਾ ਹਾਂਜੀ ਠੀਕ ਹੈ ਹੁਣ ਸਾਡਾ ਜਿਹੜਾ ਕਹੋ ਵੀ ਤਰੀਕਾ ਹੈਗਾ ਉਹ ਹੈਗਾ ਰੈਫਰਲ ਬੇਸਡ ਹੈਗਾ ਯਾਨੀ ਕਿ ਐਕਸਪੀਰੀਅੰਸ ਬੇਸਡ ਹੈਗਾ ਸਾਨੂੰ ਅਕਸਰ ਸਭ ਤੋਂ ਜ਼ਿਆਦਾ ਖੁਸ਼ੀ ਉੱਥੇ ਹੁੰਦੀ ਹੈ ਵੀ ਜਿੰਨੂੰ ਕਈ ਬੰਦੇ ਨੇ ਨਾ ਕਰਤੀ ਹੋਵੇ ਉਹਦੀ ਹਾਂ ਕਰਾਣੀ ਜੀ ਉਹ ਜੀ ਨੂੰ ਕਹਤਾ ਵੀ ਭਾਈ ਤੂੰ ਤਾਂ ਘਰ ਨਹੀਂ ਲੈ ਸਕਦਾ ਤੇਰੇ ਤੇ ਆਹ ਪ੍ਰੋਬਲਮ ਆ ਗਈ ਹੈ ਤੈਨੂੰ ਇਹ 2 ਸਾਲ ਵੇਟ ਕਰਨੀ ਪਣੀ ਹੈ ਅਸੀਂ ਕਿੰਨੇ ਵੀ ਨਹੀਂ ਤੁਸੀਂ ਸਾਨੂੰ ਦਿਖਾਓ ਲੈਟ ਮੀ ਸੀ ਉਹਦਾ ਅਸੀਂ ਹੱਲ ਕਰਨੇ ਆ ਘੱਟ ਤੋਂ ਘੱਟ ਟਾਈਮ ਦੇ ਵਿੱਚ ਕਈਆਂ ਦਾ ਹਾਲ ਤੇ ਸੇਮ ਟਾਈਮ ਤੇ ਹੋ ਜਾਂਦਾ ਸੇਮ ਮਹੀਨੇ ਹੋ ਜਾਂਦਾ ਪਰ ਜਿੱਥੇ ਜਿੱਥੇ ਪੜੀ ਕਲੀਅਰ ਇਦਾਂ ਹੁੰਦਾ ਵੀ ਆਪਾਂ ਉਹਨਾਂ ਨੂੰ ਗਾਈਡ ਵੀ ਕਰ ਸਕਦੇ ਆ ਜੀ ਆਪਾਂ ਕਈਆਂ ਬੰਦਿਆਂ ਨੂੰ ਮੈਂ ਪਿਛਲੇ ਸਾਲ ਦਾ ਦੱਸਿਆ ਵੀ ਤੁਸੀਂ ਇਦਾਂ ਇਦਾਂ ਕਰਨਾ ਤਾਂ ਕਿ ਜਦੋਂ ਆਹ ਟਾਈਮ ਆ ਜੂਗਾ ਦੇਖੋ ਟਾਈਮ ਹਰ ਬੰਦੇ ਦਾ ਆਣਾ ਇਹ ਰੁਕਦਾ ਨਹੀਂ ਪਿਆ ਇਹ ਤੇ ਗਾਂ ਜਾਣਾ ਟਾਈਮ ਨੇ ਸੋ ਜਿਨ੍ਹਾਂ ਦਾ ਹੋਣ ਨਹੀਂ ਹੁੰਦਾ ਉਹਨਾਂ ਦਾ 6 ਮਹੀਨੇ ਬਾਅਦ ਹੋ ਜਾਊਗਾ ਸਾਲ ਬਾਅਦ ਹੋ ਜਾਊਗਾ ਪਰ ਐਕਚੁਅਲੀ ਤੁਹਾਨੂੰ ਕਿਹਨੇ ਇਹ ਨਾਲ ਵੀ ਸਾਲ ਬਾਅਦ ਦੀ ਆ ਤਾਂ ਫਿਰ ਤੁਹਾਨੂੰ ਫੇਰ ਨਹੀਂ ਲੱਗੂਗਾ ਫਿਰ ਤੁਸੀਂ ਸਾਢੇ ਸਾਲ ਵੀ ਇੱਡੀ ਕਰਦੇ ਫਿਰ ਇਹ ਗੱਲ ਬਣੀ ਸੋ ਇਹਦੇ ਕਾਰਨ ਇਹ ਗੱਲਬਾਤ ਹੈ ਕਿ ਜੇ ਤੁਹਾਨੂੰ ਕਿਹਨੇ ਨਾ ਕੀਤੀ ਏ ਉਹਨੂੰ ਤੁਸੀਂ ਪੱਕੀ ਨਾਲ ਸਮਝੋ ਇੱਕ ਵਾਰੀ ਸਾਨੂੰ ਮੌਕਾ ਜੁੜ ਦਿਓ ਅਸੀਂ ਦੇਖ ਕੇ ਤੁਹਾਨੂੰ ਦੱਸ ਸਕਨੇ ਆਂ ਵੀ ਆਹ ਆ ਗੱਲ ਹੈਗੀਆਂ ਯਾ ਤੁਹਾਨੂੰ ਸੂਰੇ ਪ੍ਰੂਵ ਲੈ ਦੇ ਦਾਂਗੇ ਯਾ ਤੁਹਾਨੂੰ ਇਹ ਵੀ ਦੱਸਣਾ ਵੀ ਤੁਹਾਨੂੰ ਮਹੀਨਾ 2 ਮਹੀਨੇ 6 ਮਹੀਨੇ ਵੇਟ ਕਰਨੀ ਪਣੀ ਹੈ ਪਤਾ ਲਾ ਲੋਨ ਹੋ ਜਾਊਗਾ ਇਹਦੇ ਵਾਸਤੇ ਬਈ ਤੇ ਮੈਂ ਜਿਹੜੀ ਇੱਕ ਗੱਲ ਹੋਰ ਸੱਚ ਹੈ ਤਜਰਬਾ ਸਾਂਝਾ ਕੀਤਾ ਵੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕਰਨ ਦਾ ਜਦਮ ਕਰ ਲੈਣਾ ਸੀ ਤੁਹਾਡੇ ਨਾਲ ਇੱਕ ਚਲੋ ਪੁਰਾਣਾ ਵਾਸਤਾ ਹੈਗਾ ਪਰ ਫਿਰ ਵੀ ਜਿਵੇਂ ਉਹ ਕਿ ਹੁੰਦੀ ਨਾ ਆਦਤ ਵੀ ਯਾਰ ਕਿਸੇ ਹੋਰ ਨੇ ਕਹਿਤਾ ਯਾਰ ਤੂੰ ਇੱਥੇ ਫਰਾਨੀ ਜਗਾ ਪਤਾ ਕਰ ਲੈ ਮੈਂ ਵੀ ਇੱਕ ਕਿਸੇ ਗੋਰੇ ਨਾਲ ਮੇਰੀ ਕਿਸੇ ਨੇ ਗੱਲ ਕਰਾਈ ਸੀ ਲੋਨ ਵਾਸਤੇ ਪਰ ਉਹ ਮੇਰੇ ਕੋ ਪੰਜ ਚਾਰ ਵਾਰੀ ਉਹਨਾਂ ਨਾਲ ਗੱਲ ਹੋਈ ਹੈ ਲੇਕਿਨ ਮੈਨੂੰ ਇਸ ਗੱਲ ਦੀ تس ਤੇ ਵੀ ਕਰਾ ਦੇਗਾ ਕਿ ਨਹੀਂ ਕਰਾ ਦੇਗਾ ਸੋ ਜਦੋਂ ਆਪਣਾ ਪਤਾ ਹੀ ਹੈ ਤੁਹਾਡਾ ਤਾਂ ਕੰਮ ਕਰਨ ਦਾ ਪਤਾ ਹੀ ਹੈ ਕੰਮ ਤਾਂ ਪਹਿਦਰ ਕਰ ਹੀ ਰਹੇ ਸੀ ਪਰ ਇਦਾਂ ਇਹ ਵੀ ਕਿਸੇ ਨੇ ਪੁੱਛਣਾ ਦੱਸਣਾ ਜਿੱਥੇ ਮਰਜ਼ੀ ਪੁੱਛ ਲਓ ਪਰ ਇੱਕ ਵਾਰੀ ਕਾਲ ਕਰਕੇ ਜ਼ੈਂਡਰ ਤੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਅਸੀਂ ਅਗਰ ਗੱਲ ਕਰੀਏ ਤੇ ਹੋਰ ਕਿਹੜੇ ਕਿਹੜੇ ਫਾਈਨੈਂਸ ਜ਼ੈਂਡਰ ਵੱਲੋਂ ਕੀਤੇ ਜਾਂਦੇ ਨੇ ਕਿਹੜੀ-ਕਿਹੜੀ ਸਰਵਿਸਿਜ਼ ਹੈਗੀਆਂ ਨੇ ਹਾਂਜੀ ਸੋ ਜਿਹੀ ਭਾਜੀ ਜਿਹੜੀ ਕੰਪਨੀ ਦੇ ਵਿੱਚ ਚਾਰ ਡਿਵੀਜ਼ਨਸ ਹੈਗੀਆਂ ਜ਼ੈਂਡਰ ਮਾਰਗੇ ਦੇ ਵਿੱਚ ਇਹ ਜ਼ੈਂਡਰ ਗਰੁੱਪ ਹੈਗਾ ਐਕਚੁਅਲੀ ਇਹਦੇ ਵਿੱਚ ਇੱਕ ਜ਼ੈਂਡਰ ਮਾਰਗੇਜ ਹੈਗੀ ਹੈ ਜਿਹੜੇ ਘਰਾਂ ਦੇ ਰੀਫਾਈਨੈਂਸ ਪਰ ਕਾਸਿਕ ਡੋਣੇ ਨੇ ਕੋਈ ਤਰ੍ਹਾਂ ਦੀ ਫਾਈਨਾਂਸਿੰਗ ਕਰਨ ਦੀ ਫਿਰ ਕਰਨ ਦੀ ਸੇਲ ਪਰਚੇਸ ਦਾ ਜਿਕੇ ਨੇ ਖਰੀਦਣਾ ਵੇਚਣਾ ਉਹ ਵੀ ਅਸੀਂ ਕਰਨੇ ਹ ਉਸ ਤੋਂ ਬਾਅਦ ਸਾਡੇ ਨੇ ਜੈਂਡਰ ਕਮਰਸ਼ਲ ਕਮਰਸ਼ਲ ਦੇ ਤਹਿਤ ਜਿਕੇ ਸੇਵੀ ਬੰਦੇ ਨੇ ਕੋਈ ਬਿਜ਼ਨਸ ਦੀ ਪ੍ਰਾਪਰਟੀ ਲੈਣੀ ਹੈ ਗੈਸ ਸਟੇਸ਼ਨ ਚਾਹ ਲੋ ਜਾਂ ਅਪਾਰਟਮੈਂਟ ਬਿਲਡਿੰਗ ਲੈਣੀ ਹੈ ਉਹ ਵੀ ਕਰਨੇ ਇੱਕ ਕੰਪਨੀ ਅਗੇ ਜੈਂਡਰ ਐਗ ਜੈਂਡਰ ਐਗ ਦੇ ਵਿੱਚ ਜੈਂਡਰ ਐਗ ਲੋਨਸ ਖਤੇ ਖਰੀਦਨੇ ਐਗਰੀਕਲਚਰ ਹਾਂਜੀ ਉਹ ਵੀ ਖਰੀਦਨੇ ਵੇਚਨੇ ਇਹ ਇਹ ਵੀ ਕੰਮ ਜਿਹੜੇ ਸੀ ਕਰਨੇ ਹੈਗੇ ਆ ਸੋ ਬੇਸਿਕਲੀ ਜਿਹੜੀਆਂ ਇਹ ਕੰਪਨੀਆਂ ਸਨ ਹੈਗੀਆਂ ਬੇਸਿਕਲੀ ਇਹ ਸਾਰੀਆਂ ਜੈਂਡਰ ਗਰੁੱਪ ਦੇ ਅੰਡਰ ਆ ਜਾਂਦੀਆਂ ਨੇ ਸੋ ਕੋਈ ਵੀ ਜਿਹੜਾ ਕੰਮ ਹੈਗਾ ਰੀਅਲ ਏਸਟੇਟ ਨਾਲ ਜੁੜਿਆ ਰੀਅਲ ਏਸਟੇਟ ਦੇ ਵਿੱਚ ਬੜਾ ਕੁਝ ਆ ਜਾਂਦਾ ਕਮਰਸ਼ੀਅਲ ਐਗਰੀਕਲਚਰਲ ਘਰਾਂ ਦੀਆਂ ਇਨਵੈਸਟਮੈਂਟ ਪ੍ਰਾਪਰਟੀਜ਼ ਦੇ ਲੌਨਸ ਤੇ ਖਰੀਦੋ-ਫਰੋਦ ਕੰਮ ਇਸ ਅੰਡਰ ਗਰੁੱਪ ਦੇ ਅੰਡਰ ਹੁੰਦਾ ਸੋ ਕਿਸੇ ਨੂੰ ਵੀ ਕੋਈ ਕੰਮ ਹੋਵੇ ਨਾਲ ਇਹ ਸਾਰੇ ਇੱਕ ਛੱਤ ਹੁੰਦਾ ਥੱਲੇ ਹੁੰਦਾ ਸਾਡੇ ਕੋਲ ਦੇ ਵਿੱਚ ਹੋਰ ਬਹੁਤ ਟੀਮ ਮੈਂਬਰਸ ਹੈਗੇ ਮੈਂ ਕੱਲਾ ਨਹੀਂ ਹੈਗਾ ਕੰਪਨੀ ਦੇ ਵਿੱਚ ਸਾਡੀ ਕਾਫੀ ਵੱਡੀ ਟੀਮ ਹੈਗੀ ਹੈ ਹਰ ਇੱਕ ਵੱਖਰੇ ਵੱਖਰੇ ਡਿਪਾਰਟਮੈਂਟ ਦੇ ਵਿੱਚ ਅੱਛੇ ਅੱਛੇ ਬੰਦੇ ਹੈਗੇ ਨੇ ਔਰ ਸਭ ਤੋਂ ਜਿਹੜੀ ਵੱਡੀ ਗੱਲ ਜਿਹੜੀ ਤੁਸੀਂ ਪਹਿਲਾਂ ਕਹ ਰਹੇ ਸੀਗੇ ਵੀ ਜੱਗੀ ਭਾਜੀ ਵੀ ਤੁਸੀਂ ਕਿਸੇ ਨੇ ਪਤਾ ਕੀਤਾ ਸੀਗਾ ਵੀ ਉਹ ਬੰਦੇ ਨੇ ਤੁਹਾਨੂੰ ਦੋ ਚਾਰ ਤੁਹਾਡੇ ਗੱਲਾਂ ਦੇ ਜਵਾਬ ਦਿੱਤੇ ਪਰ ਸਾਡੀ ਪੰਜਾਬੀਆਂ ਦੇ ਸਾਡੇ ਪੰਜਾਬੀ ਕਹਿੰਦੇ ਪੰਜਾਬੀ ਜੁਬਾਨ ਹੁੰਦੀ ਹੈ ਜਵਾਨ ਸਾਡੀ ਜੰਡਰ ਮੌਗੀ ਦੀ ਹੈਗੀ ਹੈ ਔਰ ਜੇ ਜੀ ਕਿਹਾ ਤੁਹਾਡੇ ਨਾਲ ਖੜਿਆ ਤੋ ਨਾ ਖੜਿਆ ਤਾਂ ਇਹਦੇ ਚ ਮਤਲਬ ਹੈ ਇਹ ਵੀ ਇੱਕ ਖਾਸੀਅਤ ਹੈ ਜੀ ਤੁਹਾਡੀ ਟੀਮ ਦੀ ਤੁਹਾਡੀ ਮਿਹਨਤ ਹੈ ਕਹਿੰਦੇ ਵੀ ਜਦੋਂ ਗੱਡੀ ਦਾ ਇੰਜਨ ਤਕੜਾ ਨਾ ਜੀ ਮਗਰ ਭਾਵੇਂ 400 ਡੱਬਾ ਲਾ ਲੋ ਤੇ ਇੰਜਨ ਜੇ ਕਮਜ਼ੋਰ ਆ ਤੇ ਫੇ ਡੱਬੇ ਝੂਲ ਝਾਲ ਖਾਂਦੇ ਰਹਿੰਦੇ ਆ ਤੁਸੀਂ ਇੱਕ ਹੈਡ ਜੈਂਡਰ ਦੇ ਤੁਸੀਂ ਸੀਈਓ ਤੁਸੀਂ ਤੁਹਾਡਾ ਤੁਸੀਂ ਆਪਣੀ ਇਨਾਗਰੈਸਿਵਲੀ ਕੰਮ ਕਰਦੇ ਹੋ ਕਿ ਬਾਕੀ ਟੀਮ ਤੁਹਾਡੀ ਉਰਦੂ ਵੀ ਜਿਆਦਾ ਅਗਰੈਸਿਵਲੀ ਕੰਮ ਕਰਦੀ ਹੈ ਤੇ ਅਸੀਂ ਜੇ ਪੰਜਾਬੀ ਦੀ ਗੱਲ ਕੀਤੀ ਹੈ ਤੇ ਪੰਜਾਬੀ ਦੇ ਵਿੱਚ ਪੰਜਾਬੀਆਂ ਨੂੰ ਤੇ ਇਹੀ ਹੁੰਦਾ ਜੀ ਸਾਡੇ ਨਾਲ ਪੰਜਾਬੀ ਦੇ ਵਿੱਚ ਸਾਨੂੰ ਸਵਾਲ ਦੇ ਜਵਾਬ ਜਿਹੜੇ ਉਹ ਮਿਲ ਜਾਣ ਤੇ ਜੈਂਡਰ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਕਿ ਸਾਨੂੰ ਸਾਨੂੰ ਵੀ ਤੇ ਬਾਕੀ ਬਹੁਤ ਸਾਰੇ ਸਾਡੇ ਜਿੰਨੇ ਵੀ ਦੋਸਤ ਮਿੱਤਰ ਸਾਨੂੰ ਫੋਨ ਆਉਂਦੇ ਨੇ ਤੁਹਾਨੂੰ ਵੀ ਆਉਂਦੇ ਨੇ ਉਹ ਹਮੇਸ਼ਾ ਫੇ ਤੁਹਾਡੀ ਗੱਲ ਕਰਦੇ ਨੇ ਤੁਹਾਡੇ ਕੋਲ ਹੀ ਆਉਂਦੇ ਨੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੋਹਨ ਜੀ ਮਾ ਭਾਈ ਤੁਹਾਡਾ ਤੇ ਤੁਹਾਡੇ ਆਫਿਸ ਦੇ ਵਿੱਚ ਆ ਕੇ ਵਧੀਆ ਲੱਗਿਆ ਤੇ ਇੱਕ ਛੋਟੀ ਜਿਹੀ ਵੈਸੀ ਸਲਾਹ ਆ ਉਦੋਂ ਤੇ ਤੁਸੀਂ ਜਿਆਦਾ ਸੁਣੋ ਕਿਉਂਕਿ ਜੇ ਹਿਸਾਬ ਨਾਲ ਤੁਹਾਡਾ ਸਟਾਫ ਕੰਮਕਾਰ ਦਾ ਦਾਇਰਾ ਵਧ ਰਿਹਾ ਬਹੁਤ ਵੱਡਾ ਤੇ ਮੇਰੇ ਹਿਸਾਬ ਨਾਲ ਤਾਂ ਕੋਈ ਬਾਹਰ ਇੱਕ ਖੁੱਲੀ ਜਿਹੀ ਜਗ੍ਹਾ ਲਓ ਵੱਡੀ ਬਿਲਡਿੰਗ ਬਣਾਓ ਤੇ ਤੇ ਸਾਰਾ ਵਿੱਚ ਜਿਮ ਜੂਮ ਪਿੱਛੇ ਸਾਰਾ ਰੱਖ ਕੇ ਤੇ ਵਧੀਆ ਕਰੋ ਆ ਦੇਖੋ ਜੀ ਸੋਚ ਸਾਡੀ ਇਹ ਹੀ ਹੈ ਸਾਡਾ ਜਿਹੜੀ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਮੇਰਾ ਜਿਹੜਾ ਤਜਰਬਾ ਅਮਰੀਕਾ ਚ ਮੈ ਜੋ ਪੰਜਾਬੀ ਪੰਜਾਬੀ ਦਾ ਸਾਥ ਦਿੰਦਾ ਨਾ ਮੈਂ ਆਪਣੇ ਮਾਂਚੇ ਪੰਜਾਬ ਤੋਂ ਆਇਆ ਤੇ ਪਿੰਡ ਤੋਂ ਆਇਆ ਜੀ ਹੱਲੇ ਵੀ ਇੱਥੇ ਆ ਕੇ ਕਿਸੇ ਪੰਜਾਬੀ ਨੂੰ ਮਿਲਣਾ ਜੋ ਖੁਸ਼ੀ ਮੈਨੂੰ ਉਹਨਾਂ ਨਾਲ ਮਿਲ ਕੇ ਹੁੰਦੀ ਨਾ ਕਿਸੇ ਨਾਲ ਨਹੀਂ ਹੁੰਦੀ ਸੋ ਮੈਂ ਸਭ ਦਾ ਬਹੁਤ ਧੰਨਵਾਦ ਕਰਨਾ ਤੁਹਾਡਾ ਜਿੰਨਾ ਸਹਿਯੋਗ ਤੁਸੀਂ ਸਾਣਾ ਦਿੰਦੇ ਹੋ ਮੈਂ ਉਹਦਾ ਕੋਈ ਕੋਈ ਕਰਜ਼ਾ ਨਹੀਂ ਤਾਰ ਸਕਦਾ ਮੈਂ ਬਹੁਤ ਧੰਨਵਾਦ ਕਰਨਾ ਤੁਸੀਂ ਸਾਡੀ ਕੰਪਨੀ ਨੂੰ ਨਾਲ ਪ੍ਰਮੋਟ ਕਰਦੇ ਹੋ ਸਾਡੀ ਕੰਪਨੀ ਨਾਲ ਸਾਥ ਦਿੰਦੇ ਹੋ ਔਰ ਹਮੇਸ਼ਾ ਮੈਂ ਚਾਹੇ ਕਰਨਾ ਚਾਹਾਂਗਾ ਜਿਹੜੇ ਘਰ ਲਾਂਦਲ ਸਪਨਾਂਨ ਪੋਤੀ ਸਾਨੂੰ ਉਹਦੇ ਵਿੱਚ ਮੈਂ ਤੁਹਾਡਾ ਭਾਗੀਦਾਰਾਂ ਤੁਸੀਂ ਸਾਨੂੰ ਕੋਸ਼ਿਸ਼ ਜਰੂਰ ਕਰੋ ਕਾਲ ਜਰੂਰ ਕਰੋ ਉਹ ਜਿਹੜੇ ਵੀ ਤੁਹਾਡੇ ਸਾਹਮਣੇ ਸਵਾਲ ਆ ਗਿਆ ਉਹ ਸਾਥੋਂ ਤੁਸੀਂ ਜਰੂਰ ਪੁੱਛੋ ਜੀ ਅਸੀਂ ਮੈਸੇਜ ਨਾ ਉਹਨਾਂ ਪ੍ਰੋਗਰਾਮ ਸਟੇਜ ਤੇ ਕਰਦੇ ਹੁੰਦੇ ਸੀ ਵਿਆਹ ਦੇ ਪ੍ਰੋਗਰਾਮ ਤੇ ਜਾਣਾ ਤੇ ਮੁੰਡੇ ਕੁੜੀ ਜੋੜੀ ਚਾਹੇ ਮੁੰਡਾ ਕਾਲਾ ਹੋਵੇ ਜਮਾਂ ਸਾਨੂੰ ਮੱਲੋ ਮੱਲੀ ਕਹਿਣਾ ਪੈਂਦਾ ਵੀ ਜੋੜੀ ਬੜੀ ਸੋਹਣੀ ਕਿੰਨੀ ਸੋਹਣੀ ਜੋੜੀ ਰੱਬ ਨੇ ਬਣਾਈ ਹੈ ਪਰ ਉਹ ਸਾਨੂੰ ਕਹਿਣਾ ਪੈਂਦਾ ਸੀ ਜਿਹੜੀ ਜੈਂਡਰ ਬਾਰੇ ਕਹਿੰਦੇ ਆ ਉਹ ਅਸੀਂ ਮੈਂ ਅਸਲੀਅਤ ਜਿਹੜੀ ਹੈਗੀ ਆ ਵਾਕਿਆ ਹੀ ਜੋੜੀ ਸੋਹਣੀ ਆ ਵਾਕਿਆ ਹੀ ਸਾਡਾ ਸਾਡਾ ਵੀ ਕੰਮ ਹੋਇਆ ਤਾਂ ਸਾਰਿਆਂ ਦਾ ਕੰਮ ਹੋਇਆ ਸੋ ਇਸ ਕਰਕੇ ਫੋਨ ਕਰ ਸਕਦੇ ਹੋ ਜੈਂਡਰ ਨੂੰ ਵਿਸ਼ਵਾਸ ਕਰ ਸਕਦੇ ਆ ਆਪਾਂ ਸਿੱਧੀ ਗੱਲ ਹੈਗੀ ਬਹੁਤ ਬਹੁਤ ਧੰਨਵਾਦ ਜੀ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਸਪੌਂਸਰਿੰਗ ਚਿਮਾ ਜੀ ਤੁਹਾਡਾ ਬਹੁਤ